ਪੰਜਾਬ ਦੇ ਵਿੱਚ ਨਸ਼ੇ ਨੂੰ ਜੜੋਂ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਅਤੇ ਸਰਕਾਰ ਦੇ ਸਖ਼ਤ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਖਰੜ ਦੇ CIA ਸਟਾਫ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦ ਖਰੜ ਦੇ CIA ਸਟਾਫ ਨੇ ਇੱਕ ਵਿਅਕਤੀ ਨੂੰ 210 ਨਸ਼ੀਲੇ ਟੀਕਿਆਂ ਸਮੇਤ ਗ੍ਰਿਫਤਾਰ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ CIA ਸਟਾਫ ਖਰੜ ਤੋਂ ਜਾਂਚ ਅਧਿਕਾਰੀ SI ਭੁਪਿੰਦਰ ਕੁਮਾਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਟੀਮ ਨੇ ਭੈੜੇ ਅਨਸਰਾਂ ਤੇ ਨਜ਼ਰ ਰੱਖਣ ਲਈ ਪਿੰਡ ਮਛਲੀ ਕਲਾਂ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਤਦ ਸ਼ੱਕ ਦੇ ਆਧਾਰ ਤੇ ਇੱਕ ਵਿਅਕਤੀ ਨੂੰ ਰੋਕਿਆ ਗਿਆ ਜਦ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕੋਲੋਂ 210 ਨਸ਼ੀਲੇ ਟੀਕੇ ਬਰਾਮਦ ਹੋਏ ਨੇ। ਉਨ੍ਹਾਂ ਦਾ ਕਹਿਣਾ ਸੀ ਕਿ ਦੋਸ਼ੀ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਹੋਰ ਦੋਸ਼ੀਆਂ ਤੇ ਵੀ ਸਖਤ ਕਾਰਵਾਈ ਕੀਤੀ ਜਾ ਸਕੇ। ਮਿਤੀ 13/8/19 ਨੂੰ ਮੈਂ ਸਮੇਤ ਪਾਰਟੀ ਦੇ ਪਿੰਡ ਮਛਲੀ ਕਲਾਂ ਮੌਜੂਦ ਸੀ। ਜਦੋਂ ਅਸੀਂ ਪਿੰਡ ਮਛਲੀ ਕਲਾਂ ਤੋਂ ਲਿੰਕ ਸੜਕ ਚਡਿਆਲਾ ਸੁੱਧਾ ਨੂੰ ਜਾ ਰਹੇ ਸੀ ਤਾਂ ਅੱਗੇ ਸਾਹਮਣੇ ਤੋਂ ਇੱਕ ਮੋਟਰਸਾਈਕਲ ਸਵਾਰ ਮੁੱਲਾ ਵੈਸਨ ਵਿਅਕਤੀ ਆਇਆ, ਜਿਸ ਨੇ ਸਾਨੂੰ ਦੇਖ ਕੇ ਆਪਣੇ ਹੱਥ ਵਿੱਚ ਫੜੇ ਲਿਫਾਫੇ ਨੂੰ ਖੇਤਾਂ ਵਿੱਚ ਸੁੱਟ ਦਿੱਤਾ ਅਤੇ ਮੋਟਰਸਾਈਕਲ ਨੂੰ ਪਿੱਛੇ ਮੋੜ ਕੇ ਭੱਜਣ ਲੱਗਾ ਸੀ। ਤਾਂ ਮੈਂ ਸਮੇਤ ਪੁਲਿਸ ਪਾਰਟੀ ਦੇ ਉਸ ਵਿਅਕਤੀ ਨੂੰ ਕਾਬੂ ਕੀਤਾ। ਉਹਦਾ ਨਾਂ ਪਤਾ ਪੁੱਛਿਆ, ਜਿਹਨੇ ਆਪਣਾ ਨਾਮ ਦੱਸਿਆ, ਮਨੀਸ਼ ਕੁਮਾਰ ਪੁੱਤਰ ਜਗਦੀਸ਼ ਚੰਦ ਵਾਸੀ ਪਿੰਡ ਮਛਲੀ ਕਲਾਂ। ਫਿਰ ਉਸ ਲਿਫਾਫੇ ਦੀ ਚੈੱਕ ਤਲਾਸ਼ੀ ਦੀ ਜਿਹੜਾ ਉਹਨੇ ਖੇਤਾਂ ਵਿੱਚ ਸੁੱਟਿਆ ਸੀ, ਜਿਹਦੇ ਵਿੱਚੋਂ 210 ਟੀਕੇ, 105 ਏਵਿਲ, 105 ਬੁਪਰੋਫਾਈਨ ਦੇ ਕੁੱਲ 210 ਨਸ਼ੀਲੇ ਟੀਕੇ ਬਰਾਮਦ ਹੋਏ ਆ। ਅਤੇ ਉਹਨੂੰ ਕਾਬੂ ਕਰਕੇ ਗ੍ਰਿਫਤਾਰ ਕਰਕੇ ਉਹਦੇ ਖਿਲਾਫ਼ ਮੁਕੱਦਮਾ ਦਰਜ ਰਜਿਸਟਰ ਥਾਣਾ ਸਦਰ ਖਰੜ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ। ਸਰ ਇਹ ਕਿਆ ਕਰਦਾ ਤਾ ਜੀ, ਇੰਨੇ ਟੀਕੇ ਕਿੱਥੋਂ ਲੈ ਕੇ ਆਉਂਦਾ ਤਾ ਜੀ? ਇਹਨੇ ਅਜੇ ਦੱਸਿਆ ਵੀ ਮੈਂ ਅੰਬਾਲੇ ਤੋਂ ਲੈ ਕੇ ਆਉਂਦਾ ਸੀ, ਪਰ ਅਜੇ ਉਹਦਾ ਨਾਮ ਪਤਾ ਨਹੀਂ ਦੱਸ ਰਿਹਾ ਵੀ ਕਿਸ ਵਿਅਕਤੀ ਤੋਂ ਲੈ ਕੇ ਆਉਂਦਾ ਸੀ। ਇੱਥੇ ਸਪਲਾਈ ਕਰਦਾ ਸੀ ਆਪਣੇ ਪਿੰਡ ਆ ਕੇ। ਪਤਾ ਲੱਗਿਆ ਸਰ ਹੋਰ ਵੀ ਕੁਛ, ਕੋਈ ਬੰਦੇ ਇਹਦੇ ਨਾਲ ਹੈ ਕਿ ਇਕੱਲਾ ਹੀ ਹੈ ਜੀ ਇਹ? ਅਜੇ ਇਹਨੇ ਕਿਸੇ ਬਾਰੇ ਕੁਛ ਨਹੀਂ ਦੱਸਿਆ ਜੀ, ਕਹਿੰਦਾ ਮੈਂ ਇਕੱਲਾ ਹੀ ਸਪਲਾਈ ਕਰਦਾ ਸੀ, ਅੰਬਾਲੇ ਤੋਂ ਲੈ ਕੇ ਆਉਂਦਾ ਸੀ। ਅੱਗੇ ਪਿੰਡਾਂ ਦੇ ਮੁੰਡਿਆਂ ਨੂੰ ਸਪਲਾਈ ਕਰਦਾ ਸੀ, ਜਿਹੜੇ ਇਹਨਾਂ ਟੀਕਿਆਂ ਨੂੰ ਨਸ਼ੇ ਦੇ ਤੌਰ 'ਤੇ ਵਰਤਦੇ ਹਨ। ਸਰ ਕਿਹੜੀ ਧਾਰਾ ਦੇ ਅਧੀਨ ਪਰਚਾ ਹੋਇਆ ਜੀ ਇਹਨਾਂ ਦੇ? ਇਹਦੇ ਮਨੀਸ਼ ਕੁਮਾਰ ਦੇ ਖਿਲਾਫ਼ 21-65 NDPS ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਹੋਇਆ। ਅਤੇ ਕਿਆ ਇਹਨੂੰ ਰਿਮਾਂਡ 'ਤੇ ਲਿਆ ਗਿਆ ਜੀ? ਕਿਆ ਕਰ ਰਹੇ ਹੋ ਜੀ? ਜਿਹਨੂੰ ਅੱਜ ਅਦਾਲਤ ਮਾਨਯੋਗ ਅਦਾਲਤ 'ਚ ਪੇਸ਼ ਕਰਨਾ ਅਤੇ ਉੱਤੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇ। ਖਰੜ ਤੋਂ ਡੈਵਿਡ ਵਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।